ਫਲੋਰ ਦੇ ਨਜ਼ਦੀਕੀ ਪਿੰਡ ਬਕਾਪੁਰ ਵਿਖੇ ਬੀਤੇ ਦਿਨ ਲੱਖਾਂ ਰੁਪਏ ਦਾ ਸੋਨਾ ਅਤੇ ਨਕਦੀ ਚੋਰੀ ਹੋਣ ਦਾ ਸਮਾਚਾਰ ਮਿਲਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਗੋਪੀ ਨੇ ਦੱਸਿਆ ਕਿ ਤਰਸੇਮ ਲਾਲ ਪੁੱਤਰ ਆਤਮਾ ਰਾਮ ਵਾਸੀ ਬਕਾਪੁਰ ਘਰ ਵਿੱਚ ਦੁਪਹਿਰ ਸਮੇਂ ਪਰਿਵਾਰ ਦਾ ਕੋਈ ਵੀ ਮੈਂਬਰ ਨਹੀਂ ਸੀ, ਜਿਸ ਦੌਰਾਨ ਚੋਰ ਦਿਨ ਦਿਹਾੜੇ ਜਿੰਦਰੇ ਤੋੜ ਕੇ 1,80,000 ਰੁਪਏ ਦੀ ਨਕਦੀ, 3 ਸੋਨੇ ਦੀਆਂ ਮੂੰਦੀਆਂ, 1 ਚੈਨ, 1 ਵੱਡਾ ਜੋੜਾ ਵਾਲੀਆਂ ਦਾ ਅਤੇ 1 ਛੋਟਾ ਜੋੜਾ ਵਾਲੀਆਂ ਦਾ ਪੇਟੀ ਦੇ ਜੰਦਰੇ ਤੋੜ ਕੇ ਚੋਰੀ ਕਰਕੇ ਲੈ ਗਏ। ਇਸ ਸੰਬੰਧੀ ਉਹਨਾਂ ਥਾਣਾ ਫਲੋਰ ਨੂੰ ਸੂਚਿਤ ਕਰ ਦਿੱਤਾ ਹੈ। ਮੌਕੇ 'ਤੇ SI ਵਿਜੇ ਕੁਮਾਰ ਨੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਚੋਰੀ ਸੰਬੰਧੀ ਪਰਿਵਾਰਕ ਮੈਂਬਰਾਂ ਨੇ ਚੋਰ ਖਿਲਾਫ਼ ਕਾਰਵਾਈ ਕਰਕੇ ਉਹਨਾਂ ਦਾ ਹੋਇਆ ਨੁਕਸਾਨ ਪੂਰਾ ਕਰਨ ਦੀ ਅਪੀਲ ਬੇਨਤੀ ਕੀਤੀ ਹੈ। ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਦੁਆਬਾ ਯੂਟਿਊਬ ਚੈਨਲ 'ਤੇ ਵਿਸ਼ੇਸ਼ ਰਿਪੋਰਟ। ਵੀਡੀਓ ਨੂੰ ਦੇਖਦੇ ਸਾਰ ਹੀ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਹਰ ਖਬਰ, ਹਰ ਰਿਪੋਰਟ, ਹਰ ਗਤੀਵਿਧੀ ਤੁਹਾਡੇ ਤੱਕ ਪਹੁੰਚਦੀ ਰਹੇ। ਤੁਸੀਂ ਦੇਖ ਪਾ ਰਹੇ ਹੋ ਚੋਰਾਂ ਵੱਲੋਂ ਕਿਸ ਤਰ੍ਹਾਂ ਖਲਾਰਾ ਪਾਇਆ ਹੋਇਆ ਹੈ। 1-1 ਸਮਾਨ, ਕੱਪੜੇ, ਜੋ ਕੁਛ ਵੀ ਸੀਗਾ ਪੇਟੀਆਂ ਟਰੰਕਾਂ ਦੇ ਵਿੱਚ, ਅਲਮਾਰੀਆਂ ਦੇ ਵਿੱਚ ਕੱਢ ਕੇ ਸਾਰਾ ਕੁਛ ਬਾਹਰ ਸੁੱਟਿਆ ਹੋਇਆ ਆ। ਔਰ ਤੁਸੀਂ ਦੇਖ ਪਾ ਰਹੇ ਹੋ ਕਿ ਇਸ ਚੋਰੀ ਜਿਹੜੀ ਆ ਦਿਨ ਦਿਹਾੜੇ ਚੋਰੀ ਕੀਤੀ ਗਈ ਹੈ, ਔਰ ਪਰਿਵਾਰਕ ਮੈਂਬਰਾਂ ਵੱਲੋਂ ਸ਼ੱਕ ਵੀ ਜ਼ਾਹਰ ਕੀਤਾ ਗਿਆ ਹੈ ਕਿ ਕਿਸ ਵਿਅਕਤੀ ਨੇ ਇਹ ਚੋਰੀ ਕੀਤੀ ਹੈ। ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਦੁਆਬਾ ਯੂਟਿਊਬ ਚੈਨਲ ਦੇ ਉੱਪਰ ਇਹ ਵਿਸ਼ੇਸ਼ ਰਿਪੋਰਟ। ਔਰ ਚੋਰਾਂ ਦੇ ਹੌਸਲੇ ਇੰਨੇ ਖੁੱਲ੍ਹ ਗਏ ਨੇ, ਪਹਿਲਾਂ ਉਹ ਪਤਾ ਕਰਦੇ ਨੇ ਕਿ ਘਰ ਦੇ ਕਿੱਥੇ ਨੇ, ਫਿਰ ਕਰਦੇ ਨੇ ਚੋਰੀ। ਬਾਕੀ ਰਿਪੋਰਟ ਇਸ ਬ੍ਰੇਕ ਤੋਂ ਬਾਅਦ। ਸ਼ੂਗਰ ਦੀ ਬਿਮਾਰੀ ਤੋਂ ਪੱਕੇ ਤੌਰ 'ਤੇ ਛੁਟਕਾਰਾ ਪਾਓ। 9876349499 'ਤੇ ਫੋਨ ਕਰੋ। 9876349499 'ਤੇ ਫੋਨ ਕਰੋ। ਨਵਾਂ ਸ਼ਹਿਰ ਦੁਬਾਬਾ ਯੂਟਿਊਬ ਚੈਨਲ ਸੰਪਰਕ 9876349499। ਆਪਣੇ ਬੱਚਿਆਂ ਦੀ ਰਾਸਮ ਦਵਾਈ ਲੈਣ ਚਲੇ ਗਈ ਆ। ਦਵਾਈ ਲੈ ਕੇ ਉੱਥੇ ਥੋੜਾ ਮੈਨੂੰ ਟਾਈਮ ਲੱਗ ਗਿਆ। ਮੈਂ ਆਪਣੀ ਸੱਸ ਹੋਣਾ ਕੋਲ ਚਲੇ ਗਈ 2-2:30 ਵਜੇ ਤੱਕ।
ਜਦ ਮੈਂ 4 ਵਜੇ ਘਰ ਵਾਪਸ ਆਈ, ਮੇਰੀ ਆਉਂਦੀ ਨੂੰ ਘਰ ਦੇ ਸਾਰੇ ਜਿੰਦੇ ਟੁੱਟੇ ਸੀ, ਤਾਂ ਜੋ ਵੀ ਸਾਡਾ ਸਮਾਨ ਸਾਰਾ ਖਿਲਰਿਆ ਹੋਇਆ ਸੀਗਾ, ਵਿੱਚੇ ਸਾਡੀਆਂ ਟੁੰਬਾਂ, ਵਿੱਚ ਮੇਰੀ ਜਠਾਣੀ ਦੀਆਂ ਟੁੰਬਾਂ ਸੀ, ਸੱਸ ਦੀਆਂ ਮੇਰੀਆਂ ਸੀਗੀਆਂ, 6 ਮੁੰਡੀਆਂ ਸੀਗੀਆਂ, 3 ਚੈਨੀਆਂ, ਸਾਰਾ ਕੁਛ ਪਾ ਕੇ, ਇੱਕ ਮੁੰਡੇ ਦਾ ਲੋਕਟ ਸੀਗਾ, ਉੱਥੇ ਸੋਹੰਗ ਲਿਖਿਆ ਸੀਗਾ। ਤਾਂ ਸਾਡੇ ਘਰੋਂ 4 ਜੋੜੇ ਵਾਲੀਆਂ ਦੇ ਸੀਗੇ, ਤਾਂ ਸਾਰਾ ਕੈਸ਼ ਸਾਡੇ ਘਰ ਵਾਲਾ ਬਾਹਰ ਗਿਆ, ਮੇਰੇ ਜੇਠੀ ਬਾਹਰ ਆ, ਸਾਡੇ ਘਰ 1,80,000 ਰੁਪਇਆ ਪਿਆ ਸੀ ਕੈਸ਼, ਕਿਉਂਕਿ ਉਹ ਅਸੀਂ ਥੈ ਲਿਆ ਉਹਦੀ ਰਜਿਸਟਰੀ ਕਰਾਉਣ ਲਈ ਰੱਖਿਆ ਸੀਗਾ। ਤਾਂ ਉਹ ਇਸ ਕਰਕੇ ਸਾਡੇ ਘਰੋਂ ਸਭ ਕੁਛ ਚੋਰਾਂ ਨੇ ਲੁੱਟ ਕੇ ਲੈ ਗਏ। ਸ਼ੱਕ ਸਾਡੇ ਗੁਆਂਢੀ, ਮੇਰੇ ਸਵੇਰੇ ਮੇਰੀ ਸੱਸ ਮੈਨੂੰ ਦੱਸਦੀ ਆ ਕਿ ਸਾਡਾ ਗੁਆਂਢੀ ਵੀ ਅਭੀ ਆਇਆ ਸੀਗਾ ਮੇਰੇ ਕੋਲ, ਉਹ ਮੈਨੂੰ ਪੁੱਛਦਾ ਸੀ ਵੀ ਚਾਚੀ ਤੂੰ ਘਰ ਕਿੰਨੇ ਦਿਨਾਂ ਤੇ ਜਾਣਾ। ਤਾਂ ਉਹ ਮੇਰੀ ਸੱਸ ਨੇ ਕਿਹਾ ਵੀ ਮੈਂ 2-3 ਦਿਨਾਂ ਦੇ ਘਰ ਨੂੰ ਜਾਣਾ ਆ। ਤਾਂ ਉੱਥੇ ਸਾਨੂੰ ਸ਼ੱਕ ਆ, ਕਿਉਂਕਿ ਹਾਂਜੀ ਪੁਲਿਸ ਨੂੰ ਅਸੀਂ ਕੰਪਲੇਂਟ ਕੱਲ ਕਰਕੇ ਆਏ ਸੀਗੇ, ਹਾਂਜੀ ਉਹਨੇ ਕੋਈ ਕਾਰਵਾਈ ਨਹੀਂ ਕੀਤੀ, ਆ ਕੇ ਮੌਕਾ ਦੇਖ ਕੇ ਉਹ ਚਲੇ ਗਏ ਆ। ਹਾਂਜੀ ਮੌਕਾ ਦੇਖ ਕੇ ਚਲੇ ਗਏ ਉਹ, ਹਾਂਜੀ ਬਿਆਨ ਆਪਣੇ ਲਿਖਾ ਤੇ ਮੌਕਾ ਦੇਖ ਕੇ ਚਲੇ ਗਏ। ਮੰਗ ਇਹੀ ਕਰਦੇ ਆ ਜੋ ਵੀ ਇੰਨਾ ਨੁਕਸਾਨ ਹੋਇਆ ਸਾਡਾ, ਜਿੰਨੇ ਤੱਕ ਹੈਲਪ ਸਾਡੀ ਕਰ ਸਕਦੇ ਕੀਤੀ ਜਾਵੇ।